ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਆਪਣੀ YouTube ਚੈਨਲ ਨੌਲੇਜ ਹਫਤੇ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਪੰਜਾਬ ਜੀ ਕੇ ਦੇ ਪਾਰਟ ਦੇ ਵਿੱਚ ਆਪਾਂ ਪਲੇਲਿਸਟ ਦੇ ਵਿੱਚ ਆਪਾਂ ਆਪਣੀ ਇੱਕ ਅਗਲੀ ਵੀਡੀਓ ਲੈ ਕੇ ਹਾਜ਼ਰ ਹੋਏ ਆ ਜਿਸ ਦੇ ਵਿੱਚ ਆਪਾਂ ਮੋਗੇ ਜ਼ਿਲ੍ਹੇ ਬਾਰੇ ਡਿਸਕਸ਼ਨ ਕਰਾਂਗੇ ਮੋਗੇ ਜ਼ਿਲ੍ਹੇ ਦੀ ਜਿਹੜੀ ਜੋ ਵੀ ਕੰਡੀਸ਼ਨ ਹੈ ਕਦੋਂ ਹੋਣ ਦੇ ਵਿੱਚ ਆਇਆ ਤੇ ਉਸ ਦੀ ਜਿਹੜੀ ਮੋਟੀ ਮੁੱਡੀ ਜਾਣਕਾਰੀ ਹੈ ਉਹ ਜ਼ਰੂਰ ਆਪਾਂ ਇਸ ਦੇ ਵਿੱਚ ਡਿਸਕਸ਼ਨ ਕਰਾਂਗੇ ਸੋ ਜੇਕਰ ਕੋਈ ਵੀਡੀਓ ਦੇ ਵਿੱਚ ਗੱਲ ਐਦਾਂ ਦੀ ਰਹਿ ਜਾਂਦੀ ਹੈ ਜਿਹੜੀ ਕਿ ਖਾਸ ਹੋਵੇ ਦੱਸਣ ਵਾਲੀ ਤਾਂ ਪਲੀਜ਼ ਤੁਸੀਂ ਦੱਸ ਦਿਆ ਕਰੋ ਮੈਂ ਉਹਨੂੰ ਅੱਗੇ ਤੋਂ ਇਨਕਲੂਡ ਕਰਿਆ ਕਰੂੰਗਾ ਹਰ ਇੱਕ ਚੀਜ਼ ਮੈਂ ਸੋਚਦਾ ਮੈਂ ਆਰਟੀਕਲ ਪੜ੍ਹਦਾ ਹਾਂ ਜਿਹੜੀ ਚੀਜ਼ ਮੈਨੂੰ ਲੱਗਦੀ ਹੈ ਕਿ ਹਾਂ ਇਹ ਚੀਜ਼ ਪੁਆਇੰਟ ਨੋਟ ਕੀਤੀ ਜਾਣੀ ਮੈਂ ਨੋਟਸ ਬਣਾਉਣਾ ਵਾ ਸੋ ਪਲੀਜ਼ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਓ ਮੈਨੂੰ ਵੀ ਮੋਟੀਵੇਸ਼ਨ ਮਿਲੂਗਾ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਛੱਡ ਦਿਆ ਕਰੋ ਸੋ ਪਹਿਲਾ ਆਪਣੇ ਕੋਲੇ ਪ੍ਰਸ਼ਨ ਹੈ ਕਿ ਮੋਗੇ ਦੀ ਸਥਾਪਨਾ ਕਿਸ ਨੇ ਕੀਤੀ ਸੀਗੀ ਮੋਗਾ ਜਿਹੜਾ ਮੋਗਾ ਵੈਸੇ ਜ਼ਿਲ੍ਹੇ ਦੀ ਨਹੀਂ ਪਹਿਲਾਂ ਆਪਾਂ ਮੋਗੇ ਸ਼ਹਿਰ ਦੀ ਗੱਲ ਕਰਦੇ ਹਾਂ ਮੋਗਾ ਸ਼ਹਿਰ ਆ ਜਣਾ ਉਸ ਦੀ ਸਥਾਪਨਾ ਜਿਹੜੀ ਹੈਗੀ ਸੀ 16ਵੀਂ ਸਦੀ ਵਿੱਚ ਬੂੜੀ ਜਾਟਾਂ ਦੇ ਜਿਹੜੇ ਸ਼ਾਸਕ ਸੀਗੇ ਭੱਲਣ ਵੰਸ਼ ਸੀਗੇ ਜਿਹੜੇ ਪੱਲਣ ਰਾਜ ਵੰਸ਼ ਦੇ ਸ਼ਾਸਕ ਸੀਗੇ ਬੂੜੀ ਜੱਟ ਉਹਨਾਂ ਨੇ ਜਿਹੜੀ ਹੈਗੀ ਐ ਮੋਗਾ ਦੀ ਸਥਾਪਨਾ ਕੀਤੀ ਸੀ ਪੱਲਣ ਦੇ ਵੰਸ਼ਜ ਦਾ ਅੰਤ ਕਿਸ ਨੇ ਕਰਿਆ ਸੀਗਾ ਸੌਰੀ ਇੱਥੇ ਥੋੜੀ ਮਿਸਟੇਕ ਹੋ ਗਈ ਕਰਿਆ ਲਿਖਣਾ ਸੀਗਾ ਤੇ ਇਸ ਦੇ ਵਿੱਚ ਪੁੱਛਿਆ ਕਿ ਪੱਲਣ ਵੰਸ਼ਜ ਦੇ ਦਾ ਜਿਹੜਾ ਅੰਤ ਹੈ ਉਹ ਕਿਸ ਨੇ ਕਰਿਆ ਸੀ ਤੇ ਜਿਹੜਾ ਈਸਾਂਖਾ ਮੰਜ ਹੈਗਾ ਇਸ ਨੇ ਜਿਹੜਾ ਪੱਲਣ ਸ਼ਾਸਕ ਦਾ ਜਿਹੜਾ ਹੈਗਾ ਵੰਸ਼ਜ ਦਾ ਅੰਤ ਕਰਿਆ ਸੀ ਈਸਾਂਖਾ ਹੈ ਜਿਹੜਾ ਇਸ ਦੇ ਨਾਮ ਤੇ ਬਹੁਤ ਹੀ ਮਤਲਬ ਕੇ ਵਧੀਆ ਟਾਊਨ ਹੈਗਾ ਕੋਟ ਈਸੇਖਾ ਮੋਗੇ ਜ਼ਿਲ੍ਹੇ ਦੇ ਵਿੱਚ ਠੀਕ ਹੈ ਜੀ ਉਹ ਇਹਨਾਂ ਦੇ ਨਾਮ ਤੇ ਉਹ ਪਿੰਡ ਦਾ ਨਾਮ ਹੈਗਾ ਕੋਟੀ ਸੇਖਾਂ ਤੇ ਭੱਲਣ ਵੰਸ਼ ਜਿਹਦਾ ਜਿਹੜਾ ਅੰਤ ਹੈ ਉਹ ਈਸਾ ਖਾਂ ਮੰਝ ਨੇ ਕੀਤਾ ਸੀਗਾ ਉਸ ਤੋਂ ਬਾਅਦ ਆਪਣੇ ਕੋਲ ਹੈ ਕਿ ਈਸਾਖਮੰਝ ਨੇ ਮੋਗੇ ਇਲਾਕੇ ਦੀ ਸ਼ਕਤੀ ਨੂੰ ਕਿਸ ਦੇ ਹਵਾਲੇ ਕਰ ਦਿੱਤਾ ਸੀਗਾ ਜਦੋਂ ਈਸਾਖਮੰਝ ਨੇ ਭੱਲਣ ਵੰਸ਼ ਦਾ ਜਿਹੜਾ ਹੈਗਾ ਅੰਤ ਕਰ ਦਿੱਤਾ ਸੀ ਤਾਂ ਜਿਹੜੀ ਸਾਰੀ ਸ਼ਕਤੀ ਸੀ ਈਸਾਖਮੰਝ ਨੇ ਉਹ ਕਿਸ ਨੂੰ ਸੌਂਪ ਦਿੱਤੀ ਸੀ ਤਾਂ ਕਪੂਰ ਦੇ ਬੇਟੇ ਜਿਹੜੇ ਹੈਗੇ ਸੀ ਸੁਖਿਆ ਨੂੰ ਸੁਖਿਆ ਨੂੰ ਜਿਹੜੇ ਹੈਗੇ ਕਪੂਰ ਦੇ ਬੇਟੇ ਸੁਖਿਆ ਨੂੰ 1720 ਈਸਵੀ ਦੇ ਵਿੱਚ ਇਹ ਜਿਹੜੀ ਸਾਰੀ ਸ਼ਕਤੀ ਸੌਂਪ ਦਿੱਤੀ ਗਈ ਸੀ ਸੋ ਇਹ ਪ੍ਰਸ਼ਨ ਬਹੁਤ ਹੀ ਇੰਪੋਰਟੈਂਟ ਹੈ ਸੁਖਿਆ ਨੂੰ ਜਿਹੜੇ ਹੈਗੇ 1720 ਈਸਵੀ ਦੇ ਵਿੱਚ ਸਾਰੀ ਜਿਹੜੀ ਪਾਵਰ ਆ ਉਹ ਮੋਗੇ ਦੇ ਦੇ ਦਿੱਤੀਗੇ ਸੀ ਉਸ ਤੋਂ ਬਾਅਦ ਆਪਣੇ ਕੋਲ ਹੈਗਾ ਕਿ ਸੁਖਿਆ ਦੇ ਪੁੱਤਰਾਂ ਵਿੱਚ ਕਰ ਝਗੜੇ ਦਾ ਕੀ ਸਿੱਟਾ ਨਿਕਲਿਆ ਜਦੋਂ ਇਸੇ ਖਾਨ ਨੇ ਸਾਰਾ ਜਿਹੜਾ ਰਾਜ ਪ੍ਰਬੰਧ ਸੀਗਾ ਮੋਗੇ ਦਾ ਉਹ ਕਪੂਰ ਦੇ ਜਿਹੜੇ ਬੇਟੇ ਸੁਖਿਆ ਨੂੰ ਸੌਂਪ ਦਿੱਤਾ ਸੀਗਾ ਤਾਂ ਜਿਹੜੇ ਸੁਖਿਆ ਦੇ ਅੱਗੇ ਦੋ ਪੁੱਤਰ ਸੀਗੇ ਉਹਨਾਂ ਦੇ ਵਿੱਚ ਕਰ ਝਗੜਾ ਹੋ ਗਿਆ ਸੀਗਾ ਸੋ ਉਹ ਝਗੜੇ ਦੇ ਸਿੱਟੇ ਕੀ ਨਿਕਲੇ ਸੀ ਤਾਂ ਸਿੱਟਾ ਇਹ ਸੀਗਾ ਕਿ 1700 1800 ਦੇ ਵਿੱਚ ਜਿਹੜਾ ਸਰਦਾਰ ਜੋਧ ਸਿੰਘ ਬਰਾੜ ਅਤੇ ਸਰਦਾਰ ਹਮੀਰ ਸਿੰਘ ਬਰਾੜ ਇਹ ਦੋਵੇਂ ਭਰਾ ਸੀ ਇਹਨਾਂ ਦੀ ਲੜਾਈ ਦੇ ਕਿ ਸੱਟ ਨਿਕਲਿਆ ਮੋਸਟਲੀ ਜਿਹੜਾ ਹੁੰਦਾ ਕਿ ਲੜਾਈ ਤੋਂ ਬਾਅਦ ਇਹੀ ਹੁੰਦਾ ਕਿ ਅੱਡ ਹੋ ਜਾਂਦੇ ਆ ਸੋ ਜਿਹੜਾ ਹੈਗਾ ਸੀ ਇਹਨਾਂ ਦੀਆਂ ਜ਼ਮੀਨਾਂ ਨੂੰ ਜਿਹੜਾ ਹੈਗਾ ਸੀ ਉਹ ਵੱਖ-ਵੱਖ ਕਰ ਦਿੱਤਾ ਗਿਆ ਸੀਗਾ ਵੰਡ ਕੇ ਦਿੱਤਾ ਸੀ ਛੋਟੇ ਭਰਾ ਦਾ ਫਰੀਦਕੋਟ ਜ਼ਿਲ੍ਹੇ ਤੇ ਕੰਟਰੋਲ ਸੀ ਅਤੇ ਮੋਗਾ ਇੱਕ ਫਰੀਦਕੋਟ ਜ਼ਿਲ੍ਹੇ ਦੀ ਤਹਿਸੀਲ ਹੁੰਦੀ ਸੀ ਉਦੋਂ ਠੀਕ ਹੈ ਜੀ ਛੋਟੇ ਭਰਾ ਦਾ ਫਰੀਦਕੋਟ ਜ਼ਿਲ੍ਹੇ ਤੇ ਸਾਰੇ ਤੇ ਅਧਿਕਾਰ ਸੀ ਤੇ ਮੋਗਾ ਸੀ ਜਿਹੜਾ ਉਹ ਇੱਕ ਫਰੀਦਕੋਟ ਦੀ ਤਹਿਸੀਲ ਦੇ ਤਰ੍ਹਾਂ ਸੀ ਤੇ ਜਿਹੜਾ 1720 ਈਸਵੀ ਦੇ ਵਿੱਚ ਇਹਨਾਂ ਨੇ ਕਿਹਾ ਵੀ ਹਨਾ ਕਪੂਰ ਦੇ ਵੱਟ ਸੁਖਿਆ ਨੂੰ સોਪ ਦਿੱਤਾ ਸੀ ਤਾਂ ਜਿਹੜਾ ਸੁਖਿਆ ਨੇ ਮੋਗਾ ਮੋਗਾ ਸ਼ਹਿਰ ਜਿਹੜਾ ਉਹ ਸ਼ੁਰੂ ਤੋਂ 1720 ਦੇ ਵਿੱਚ ਰੀਕਰੀਏਟ ਕੀਤਾ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਦੁਬਾਰੇ ਡਵੈਲਪਮੈਂਟ ਕੀਤੀ ਮੋਗੇ ਸ਼ਹਿਰ ਨੂੰ ਬਸਾਉਣ ਦੇ ਵਿੱਚ ਠੀਕ ਹੈ ਜੀ ਆਹ ਹੋ ਗਿਆ ਉਸ ਦੀ ਲੜਾਈ ਦਾ ਕੀ ਸਿੱਟਾ ਨਿਕਲਿਆ ਉਸ ਦੀ ਲੜਾਈ ਦਾ ਸਿੱਟਾ ਨਿਕਲਿਆ ਵੀ ਜਿਹੜੇ ਦੋ ਉਸ ਦੇ ਭਰਾ ਪੁੱਤਰ ਸੀਗੇ ਸਰਦਾਰ ਜੋਧ ਸਿੰਘ ਬਰਾੜ ਅਤੇ ਸਰਦਾਰ ਹਮੀਰ ਸਿੰਘ ਬਰਾੜ ਇਹਨਾਂ ਦੇ ਵਿੱਚ ਜਿਹੜੀ ਹੈਗੀ ਸੀ ਜ਼ਮੀਨ ਦੀ ਵੰਡ ਕਰਕੇ ਇਹਨਾਂ ਨੂੰ ਆਪਣੇ ਆਪਣੇ ਇਲਾਕੇ ਜਿਹੜੇ ਸੌਂਪ ਦਿੱਤੇ ਸੀਗੇ ਮਹਾਰਾਜਾ ਰਣਜੀਤ ਨੇ ਮੋਗੇ ਇਲਾਕੇ ਤੇ ਕਬਜ਼ਾ ਕਦੋਂ ਕੀਤਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀ ਉਹਨਾਂ ਨੇ 1803 ਈਸਵੀ ਵਿੱਚ ਇਸ ਤੇ ਕਬਜ਼ਾ ਕੀਤਾ ਜਦੋਂ ਇਹ ਸੀਸ ਸਤਲੁਜ ਰਾਜਾਂ ਵਿੱਚੋਂ ਇੱਕ ਸੀਗਾ ਸੀ ਸਤਲੁਜ ਰਾਜਾਂ ਦੇ ਵਿੱਚੋਂ ਇਹ ਇੱਕ ਸੀਗਾ ਠੀਕ ਹੈ ਜੀ ਉਦੋਂ ਇਹਨਾਂ ਦੇ ਉੱਤੇ ਜਿਹੜਾ ਹੈਗਾ ਮਹਾਰਾਜਾ ਨੀਤ ਸਿੰਘ ਜੀ ਦਾ ਕਬਜ਼ਾ ਹੋਇਆ ਸੀਗਾ ਮੋਗਾ ਕਿਸ ਸੰਧੀ ਤੋਂ ਬਾਅਦ ਅੰਗਰੇਜ਼ਾਂ ਦੇ ਅਧੀਨ ਆਇਆ ਮੋਗਾ ਪਹਿਲੇ ਵਸ ਜਿਹੜਾ ਹੈਗਾ ਸੀ ਪੰਜਾਬ ਦੇ ਵਿੱਚ ਹੌਲੀ-ਹੌਲੀ ਜਿਹੜਾ ਹੈਗਾ ਅੰਗਰੇਜ਼ਾਂ ਦਾ ਪੈਰ ਪਸ ਰਿਹਾ ਸੀਗਾ ਸੋ ਕਿਹੜੀ ਸੰਧੀ ਤੋਂ ਬਾਅਦ ਸੀਗਾ ਜਿਹੜਾ ਮੋਗਾ ਅੰਗਰੇਜ਼ਾਂ ਦੇ ਅਧੀਨ ਆ ਗਿਆ ਸੀ ਤਾਂ 1809 ਦੀ ਜਿਹੜੀ ਅੰਮ੍ਰਿਤਸਰ ਦੀ ਸੰਧੀ ਸੀ ਜਿਹੜੀ ਉਸ ਤੋਂ ਬਾਅਦ ਜਿਹੜਾ ਮੋਗਾ ਅੰਗਰੇਜ਼ਾਂ ਦੇ ਅਧਿਕਾਰ ਅnder ਆ ਗਿਆ ਸੀਗਾ ਉਸ ਤੋਂ ਬਾਅਦ ਆਪਣੇ ਕੋਲੇ ਪ੍ਰਸ਼ਨ ਹੈਗਾ ਕਿ ਮੋਗਾ ਖੇਤਰ ਦਾ ਜਾਣਿਆ ਜਾਣ ਵਾਲਾ ਆਖਰੀ ਬ੍ਰਿਟਿਸ਼ ਬ੍ਰਿਟਿਸ਼ ਸ਼ਾਸਕ ਕੌਣ ਸੀਗਾ ਜਿਹੜਾ ਮੋਗਾ ਖੇਤਰ ਦਾ ਜਿਹੜਾ ਆਖਰੀ ਬ੍ਰਿਟਿਸ਼ ਸ਼ਾਸਕ ਸੀਗਾ ਉਸ ਦਾ ਨਾਮ ਸੀਗਾ ਲੈਫਟੀਨੈਂਟ ਐਚ ਐਚ ਲੈਫਟੀਨੈਂਟ ਐਚ ਐਚ ਜਿਹੜਾ ਇਸ ਦਾ ਨਾਮ ਸੀਗਾ ਤੇ ਜਿਹੜਾ ਉਹ ਆਖਰੀ ਬ੍ਰਿਟਿਸ਼ ਸ਼ਾਸਕ ਹੋਇਆਗਾ ਉਸ ਤੋਂ ਬਾਅਦ ਪ੍ਰਸ਼ਨ ਹੈ ਕਿ ਇੰਪੋਰਟੈਂਟ ਹੈ ਜੀ ਇਹ ਨੋਟ ਕਰਨਾ ਤੁਸੀਂ ਨੇ ਠੀਕ ਹੈ ਮੋਗਾ ਜ਼ਿਲ੍ਹਾ ਹੋਂਦ ਵਿੱਚ ਕਦੋਂ ਆਇਆ ਮੋਗਾ ਜ਼ਿਲ੍ਹਾ ਹੋਂਦ ਵਿੱਚ 24 ਨਵੰਬਰ 1995 ਨੂੰ ਜਿਹੜਾ ਹੈਗਾ ਸੀ ਫਰੀਦਕੋਟ ਨਾਲੋਂ ਟੁੱਟ ਕੇ ਇੱਕ ਸਤਾਰਮਾ ਜ਼ਿਲ੍ਹਾ ਬਣਿਆ ਸੀ ਠੀਕ ਹੈ ਜੀ ਜਿਹੜਾ ਆਪਾਂ ਇਹਦੇ ਵਿੱਚ ਤਿੰਨ ਪ੍ਰਸ਼ਨ ਇਨਕਲੂਡ ਹੋਗੇ ਕਿ ਮੋਗਾ ਜ਼ਿਲ੍ਹਾ ਹੋਂਦ ਵਿੱਚ ਆਇਆ ਸੀਗਾ 24 ਨਵੰਬਰ 1995 ਨੂੰ ਠੀਕ ਹੈ ਜੀ ਅ 17ਵਾਂ ਜ਼ਿਲ੍ਹਾ ਕਿਹੜਾ ਸੀਗਾ ਮੋਗਾ ਬਣਿਆ ਸੀ 17ਵਾਂ ਜ਼ਿਲ੍ਹਾ ਅਤੇ ਇਹ ਕਿਹੜੇ ਜ਼ਿਲ੍ਹੇ ਚੋਂ ਵੱਖ ਹੋਇਆ ਸੀ ਤਾਂ ਫਰੀਦਕੋਟ ਦੇ ਵਿੱਚੋਂ ਜਿਹੜਾ ਇਹ ਟੁੱਟ ਕੇ ਅਲੱਗ ਤੋਂ ਇੱਕ ਸ਼ਹਿਰ ਸੌਰੀ ਜ਼ਿਲ੍ਹਾ ਜਿਹੜਾ ਬਣ ਗਿਆ ਸੀਗਾ ਇਸ ਤੋਂ ਪਹਿਲਾਂ ਮੋਗਾ ਕਿਸ ਜ਼ਿਲ੍ਹੇ ਦੀ ਸਬਡਿਵੀਜ਼ਨ ਸੀ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਸਬਡਿਵੀਜ਼ਨ ਤਹਿਸੀਲ ਤੇ ਮੋਗਾ ਜ਼ਿਲ੍ਹਾ ਪਹਿਲਾਂ ਕਿਸ ਜ਼ਿਲ੍ਹੇ ਦੀ ਤਹਿਸੀਲ ਸੀਗਾ ਤਾਂ ਜਿਹੜਾ ਫਰੀਦਕੋਟ ਜ਼ਿਲ੍ਹੇ ਦੀ ਜਿਹੜੀ ਹੈਗੀ ਸਬਡਿਵੀਜ਼ਨ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਆਪਣੇ ਕੋਲ ਇੱਕ ਪ੍ਰਸ਼ਨ ਹੈ ਕਿ ਕਿਸ ਜ਼ਿਲ੍ਹੇ ਨੂੰ ਪੰਜਾਬ ਦੇ ਐਨ ਆਰ ਆਈ ਜ਼ਿਲ੍ਹੇ ਵਜੋਂ ਜਾਣਿਆ ਜਾਂਦਾ ਤਾਂ ਜੇ ਦੇਖੀਏ ਜਿਹੜੀ ਵੀ ਆਬਾਦੀ ਸਿੱਖ ਜਾਂ ਪੰਜਾਬੀ ਹੈ ਨਾ ਪੰਜਾਬ ਦੇ ਵਿੱਚੋਂ ਕੈਨੇਡਾ ਅਮਰੀਕਾ ਤੇ ਯੂਕੇ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਵਿੱਚੋਂ 40 ਤੋਂ 45% ਜਿਹੜੇ ਹੈਗੇ ਨੇਗੇ ਉਹ ਮੋਗੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਨੇ ਇਸ ਲਈ ਜਿਹੜਾ ਹੈਗਾ ਮੋਗੇ ਜ਼ਿਲ੍ਹੇ ਨੂੰ ਐਨ ਆਰ ਆਈ ਆਬਾਦੀ ਕੈਨੇਡਾ ਦਾ ਠੀਕ ਹੈ ਜੀ ਐਨ ਆਰ ਆਈ ਇੰਜ ਲਿਵ ਜੂਨ ਜਾਣਾ ਜਾਂਦਾ ਸੋ ਮੋਸਟਲੀ ਜਿਹੜੇ ਜ਼ਿਆਦਾਤਰ ਐਨ ਆਰ ਆਈ ਵੀਰ ਜਾਂ ਜਿਹੜੇ ਵੀ ਉਧਰ ਰਹਿੰਦੇ ਨੇ ਸਿਟੀਜ਼ਨ ਯੂਕੇ ਅਮਰੀਕਾ ਕੈਨੇਡਾ ਦੇ ਵਿੱਚ ਤਾਂ ਜੇ ਉਹ ਪੰਜਾਬ ਤੋਂ ਨੇ ਤਾਂ ਉਹਨਾਂ ਦੇ ਵਿੱਚੋਂ 40% 45% ਜਿਹੜੇ ਮੋਗੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਨੇ ਮੋਗੇ ਜ਼ਿਲ੍ਹੇ ਦੀ ਜਨਸੰਖਿਆ ਕਿਸ ਦੇਸ਼ ਦੇ ਬਰਾਬਰ ਹੈ ਇਹ ਬਹੁਤ ਇੰਪੋਰਟੈਂਟ ਹੈ ਜੀ ਮੋਗਾ ਜ਼ਿਲ੍ਹੇ ਦੀ ਜਿਹੜੀ ਕੁੱਲ ਜਨਸੰਖਿਆ ਹੈ ਉਹ ਤਕਰੀਬਨ ਫਿਜੀ ਦੇ ਫਿਜੀ ਦੇਸ਼ ਇੱਕ ਉਸ ਦੇਸ਼ ਦੀ ਜਨਸੰਖਿਆ ਦੇ ਬਿਲਕੁਲ ਬਰਾਬਰ ਹੈ ਲਗਭਗ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੈ ਕਿ ਉੱਗੇ ਸਿੱਖ ਆਗੂ ਸੰਤ ਜਰਨਾਲ ਸਿੰਘ ਪਿੰਡਰਾਂ ਵਾਲੇ ਦਾ ਜਨਮ ਕਿੱਥੇ ਹੋਇਆ ਸੀਗਾ ਸੋ ਜਿਹੜੇ ਰੋਡੇ ਜ਼ਿਲ੍ਹਾ ਮੋਗਾ ਦੇ ਵਿੱਚ ਪਿੰਡ ਹੈ ਰੋਡੇ ਵਿਖੇ ਜਿਹੜਾ ਹੈਗਾ ਸੀ ਉਹਨਾਂ ਦਾ ਜਨਮ ਹੋਇਆ ਸੀਗਾ ਉਸ ਤੋਂ ਬਾਅਦ ਆਪਣੇ ਕੋਲੇ ਪ੍ਰਸ਼ਨ ਬਣ ਜਾਂਦਾ ਕਿ ਨੁਤੰਤਰਤਾ ਸਨਾਨੀ ਲਾਲਾ ਲਾਜਪਤਰਾ ਜੀ ਜੀ ਸੁਤੰਤਰਤਾ ਸਨਾਨੀ ਸੀ ਜਿਹੜੇ ਉਹਨਾਂ ਦਾ ਜਨਮ ਕਿੱਥੇ ਹੋਇਆ ਸੀ ਤਾਂ ਉਹਨਾਂ ਦਾ ਜਿਹੜਾ ਜਨਮ ਹੋਇਆ ਸੀ ਢੁੱਡੀ ਕੇ ਜ਼ਿਲ੍ਹਾ ਮੋਗੇ ਦੇ ਵਿੱਚ ਹੋਇਆ ਸੀਗਾ ਠੀਕ ਹੈ ਜੀ ਲਾਲਾ ਲਾਜਪਤਰਾ ਜੀ ਵੀ ਮੋਗੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਆ ਢੁੱਡੀ ਕੀ ਵਿਖੇ ਤੋਂ ਠੀਕ ਹੈ ਜੀ ਉਸ ਤੋਂ ਬਾਅਦ ਹੈਗਾ ਕਿ ਭਾਰਤੀ ਮਹਿਲਾ ਕ੍ਰਿਕਟ ਦੀ ਅਤੇ ਕ੍ਰਿਕਟ ਦੀ ਟੀਮ ਕਪਤਾਨ ਕੌਣ ਹੈ ਭਾਰਤੀ ਮਹਿਲਾ ਕ੍ਰਿਕਟਰ ਭਾਰਤੀ ਮੈਲਾ ਕਰੈਕਟਰ ਕੌਣ ਹੈ ਤੇ ਉਹੀ ਜਿਹੜੀ ਮੈਲਾ ਹੈਗੀ ਆ ਉਹ ਭਾਰਤੀ ਮੈਲਾ ਕਰੈਕਟਰ ਟੀਮ ਦੀ ਕਪਤਾਨ ਵੀ ਹੈ ਤੇ ਉਹ ਕੌਣ ਹੈ ਤੇ ਉਹ ਕਿੱਥੋਂ ਬਿਲੋਂਗ ਕਰਦੇ ਨੇ ਉਹ ਹਰਪ੍ਰੀਤ ਕੌਰ ਆ ਜਿਹੜੀ ਮੋਗਾ ਤੋਂ ਹੀ ਬਿਲੋਂਗ ਕਰਦੇ ਆ ਆਹ ਪ੍ਰਸ਼ਨ ਬਹੁਤ ਇੰਪੋਰਟੈਂਟ ਹੈ ਜੀ ਠੀਕ ਹੈ ਜੀ ਕਿਸੇ ਵੀ ਪੇਪਰ ਦੇ ਲਈ ਤੁਸੀਂ ਇਸ ਨੂੰ ਜ਼ਰੂਰ ਨੋਟ ਕਰਨਾ ਪਹਿਲਾ ਤੇ ਇਸ ਵਿੱਚ ਪ੍ਰਸ਼ਨ ਹੈ ਕਿ ਪੰਜਾਬ ਦਾ ਚੋਣ ਬ੍ਰਾਂਡ ਇਨਵੈਸਟਰ ਕੌਣ ਹੈ ਠੀਕ ਹੈ ਜੀ ਉਸ ਤੋਂ ਬਾਅਦ ਹੈਗਾ ਕਿ ਸੋਨੂੰ ਸੂਧ ਭਾਰਤੀ ਫਿਲਮ ਨਿਰਮਾਤਾ ਕਿੱਥੋਂ ਬਿਲੋਂਗ ਕਰਦੇ ਨੇ ਤਾਂ ਪਹਿਲਾ ਜਿਹੜਾ ਪ੍ਰਸ਼ਨ ਦਾ ਅਨਸਰ ਹੈਗਾ ਕਿ ਪੰਜਾਬ ਦੇ ਚੋਣ ਬ੍ਰਾਂਡ ਐਵੈਸਟਰ ਨੇ ਸੋਨੂੰ ਸੂਧਨੇਗੇ ਸੋਨੂੰ ਸੂਧ ਭਾਰਤੀ ਫਿਲਮ ਨਿਰਮਾਤਾ ਨੇਗੇ ਤੇ ਉਹ ਕਿੱਥੋਂ ਬਿਲੋਂਗ ਕਰਦੇ ਨੇ ਉਹ ਜਿਹੜੇ ਹੈਗੇ ਮੋਗਾ ਤੋਂ ਬਿਲੋਂਗ ਕਰਦੇ ਆ ਇਹ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਜੀ ਇਹ ਜ਼ਰੂਰ ਪੁੱਛਿਆ ਜਾਊਗਾ ਕਿਉਂਕਿ ਇਲੈਕਸ਼ਨ ਵੀ ਆਉਣ ਵਾਲੀਆਂ ਨੇ ਤੇ ਜਿਹੜੀ ਭਾਰਤੀਆਂ ਆਉਣਗੀਆਂ ਉਹ ਇਲੈਕਸ਼ਨ ਤੋਂ ਪਹਿਲਾਂ ਹੀ ਹੋਣਗੀਆਂ ਇਲੈਕਸ਼ਨ ਦੇ ਮੱਦੇਨਜ਼ਰ ਹੀ ਹੋਣਗੀਆਂ ਸੋ ਤੁਹਾਨੂੰ ਫੀਲ ਹੈ ਕਿ ਇਹ ਪ੍ਰਸ਼ਨ ਜ਼ਰੂਰ ਨੋਟ ਕਰਿਓ ਜ਼ਿਲ੍ਹੇ ਤੇ ਇੱਕ ਨਜ਼ਰ ਆ ਠੀਕ ਹੈ ਜੀ ਜ਼ਿਲ੍ਹੇ ਦੇ ਓਵਰਵਿਊ ਤੇ ਆਪਾਂ ਨਜ਼ਰ ਮਾਰਦੇ 2242 ਸਕਿਉਰ ਕਿਲੋਮੀਟਰ ਇਸ ਦਾ ਜਿਹੜਾ ਏਰੀਆ ਹੈਗਾ ਵਾ ਜਨਸੰਖਿਆ ਦੀ ਗੱਲ ਕਰੀ ਤਾਂ 995746 ਜਿਹੜੀ ਇੱਥੋਂ ਇੱਥੋਂ ਦੀ ਜਨਸੰਖਿਆ ਵਾ ਪੁਰਸ਼ ਨੇ ਇਸ ਜਨਸੰਖਿਆ ਦੇ ਵਿੱਚ 525920 ਅਤੇ ਇਸਤਰੀਆਂ ਨੇ 469826 ਤੇ ਪਿੰਡਾਂ ਦੀ ਗਿਣਤੀ ਹੈਗੀ ਜਿਹੜੀ 200 ਸੌਰੀ 322 ਹੈਗੀ ਆ ਤੇ ਜਿਹੜੀ ਮੋਸਟਲੀ ਇੱਥੇ ਭਾਸ਼ਾ ਬੋਲੀ ਜਾਂਦੀ ਹੈ ਪੰਜਾਬੀ ਬੋਲੀ ਜਾਂਦੀ ਹੈ ਠੀਕ ਹੈ ਜੀ ਉਸਤ ਤਹਿਸੀਲਾਂ ਦੇਖ ਲੈਣੇ ਤਹਿਸੀਲਾਂ ਜਿਹੜੀਆਂ ਹੈਗੀਆਂ ਇਸ ਦੇ ਵਿੱਚ ਬਾਗਾਪੁਰਾਣਾ ਮੋਗਾ ਨਿਹਾਲ ਸਿੰਘ ਵਾਲਾ ਤਿੰਨ ਤਹਿਸੀਲਾਂ ਨੇ ਠੀਕ ਹੈ ਜੀ ਬਲਾਕ ਨੇ ਇਸ ਦੇ ਪੰਜ ਕਿਹੜੇ ਕਿਹੜੇ ਨੇ ਪੰਜ ਬਲਾਕ ਮੋਗਾ 1 ਮੋਗਾ 2 ਬਾਗਾਪੁਰਾਣਾ ਨਿਹਾਲ ਸਿੰਘ ਵਾਲਾ ਧਰਮਕੋਟ ਠੀਕ ਹੈ ਜੀ ਇਹ ਆਪਣੇ ਜਿਹੜੇ ਪੰਜ ਬਲਾਕ ਨੇ ਵਿਧਾਨ ਸਭਾ ਹਲਕਿਆਂ ਦੀ ਗੱਲ ਕਰੀ ਤਾਂ ਵਿਧਾਨ ਸਭਾ ਹਲਕੇ ਜਿਹੜੇ ਹੈਗੇ ਇੱਥੇ ਚਾਰ ਨੇਗੇ ਜਿਹੜੇ ਕਿਹੜੇ ਵਿਧਾਨ ਸਭਾ ਹਲਕੇ ਨੇ 1 71 ਹੈਗਾ ਨਿਹਾਲ ਸਿੰਘ ਵਾਲਾ 72 ਹੈਗਾ ਬਾਗਾਪੁਰਾਣਾ 73 ਮੋਗਾ ਤੇ 74 ਹੈਗਾ ਧਰਮਕੋਟ ਇਹ ਇੱਥੋਂ ਦੇ ਜਿਹੜੇ ਹੈਗੇ ਆ ਵਿਧਾਨ ਸਭਾ ਹਲਕੇ ਨੇ ਤੇ ਲੋਕ ਸਭਾ ਹਲਕੇ ਦੇ ਜਿਹੜੇ ਹੈਗੇ ਨੇ ਸੀਟ ਉਹ ਇਹ ਫਰੀਦਕੋਟ ਚੋਂ ਵੱਖ ਹੋਇਆ ਤਾਂ ਜਿਹੜੀ ਇਸ ਦੀ ਸੀਟ ਹੋਊਗੀ ਉਹ ਫਰੀਦਕੋਟ ਨਾਲ ਹੀ ਇਨਕਲੂਡ ਹੋਊਗੀ ਜੋ ਕਿ ਮੈਂ ਤੁਹਾਨੂੰ ਹਮੇਸ਼ਾ ਦੱਸਦਾ ਹੁੰਨਾ ਵਾਂ ਉਸ ਤੋਂ ਬਾਅਦ ਆਪਣੇ ਕੋਲ ਪ੍ਰਸ਼ਨ ਹੈਗਾ ਕਿ ਜਿਹੜਾ ਮੋਗਾ ਉਹ ਕਿਸ ਮੇਨ ਰੇਲਵੇ ਰੂਟ ਦੇ ਜਿਹੜਾ ਹੈਗਾ ਇੱਥੋਂ ਦੀ ਪਹੁੰਚਣ ਦੇ ਲਈ ਮੇਨ ਰੇਲਵੇ ਰੂਟ ਜਿਹੜਾ ਉਪਲਬਧ ਹੈਗਾ ਤਾਂ ਫਿਰੋਜ਼ਪੁਰ ਮੋਗਾ ਲੁਧਿਆਣਾ ਜਿਹੜਾ ਫਿਰੋਜ਼ਪੁਰ ਤੋਂ ਹੋ ਕੇ ਟ੍ਰੇਨ ਰੂਟ ਹੈ ਮੋਗਾ ਹੁੰਦਾ ਹੋਇਆ ਜਗਰਾਉਂ ਹੁੰਦਾ ਹੋਇਆ ਲੁਧਿਆਣਾ ਜਾਂਦਾ ਵਾ ਉਹੀ ਇੱਕ ਮੇਨ ਰੂਟ ਹੈ ਤੇ ਨੈਸ਼ਨਲ ਹਾਈਵੇਜ਼ ਦੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਪਿਛਲੀਆਂ ਵੀਡੀਓਜ਼ ਦੇ ਵਿੱਚ ਦੱਸ ਦੱਸ ਚੁੱਕੇ ਹਾਂ ਕਿ ਕਿਹੜੇ ਹਾਈਵੇਜ਼ ਕਿੱਥੋਂ ਦੀ ਲੰਘਦੇ ਨੇ ਤੇ ਜਿਹੜੇ ਉਹ ਦੋਨੇ ਹਾਈਵੇ ਨੇ ਉਹ ਮੈਂ ਤੁਹਾਨੂੰ ਦੱਸ ਦਿੰਨਾ ਕਿ NH5 ਹੈ ਜਿਹੜਾ ਫਿਰੋਜ਼ਪੁਰ ਤੋਂ ਚੱਲ ਕੇ ਕਲ ਕਸ਼ਮਲਾ ਵਾਇਆ ਲੁਧਿਆਣਾ ਹੋ ਕੇ ਜਾਂਦਾ ਮੋਗਾ ਲੁਧਿਆਣਾ ਹੋ ਕੇ ਠੀਕ ਹੈ ਜੀ NH703 ਜਿਹੜਾ ਜਲੰਧਰ ਤੋਂ ਹੋ ਕੇ ਸਿਰਸਾ ਜਾਂਦਾ ਤੇ ਮੋਗਾ ਬਰਨਾਲਾ ਮਾਨਸਾ ਹੋ ਕੇ ਤੇ ਅੱਗੇ ਇਹ ਸਿਰਸੇ ਤੋਂ NH9 ਦੇ ਨਾਲ ਅੱਗੇ ਦਿੱਲੀ ਵੱਲ ਚਲਾ ਜਾਂਦਾ ਸੋ ਇਹ ਸੀਗੀ ਆਪਣੀ ਮੋਸਟ ਇੰਪੋਰਟੈਂਟ ਜੀਕੇ ਜਿਹੜੇ ਹੈਗੇ ਸੀ ਮੋਗੇ ਜ਼ਿਲ੍ਹੇ ਨਾਲ ਰਿਲੇਟਡ ਤੇ ਬਹੁਤ ਹੀ ਵਧੀਆ ਫੈਕਟ ਇਹਦੇ ਵਿੱਚ ਤੁਹਾਨੂੰ ਪਤਾ ਲੱਗੇ ਨਹੀਂ ਕਿਉਂਕਿ ਇੱਕ ਤਾਂ ਸੋਨੂ ਸੁੱਤ ਜੋ ਕਿ ਬਹੁਤ ਹੀ ਇੰਪੋਰਟੈਂਟ ਪ੍ਰਸ਼ਨ ਹੈ ਆਊਗਾ ਹੀ ਆਊਗਾ ਠੀਕ ਹੈ ਜੀ ਮੋਗਲ ਜਲਾ ਹੋਂਦ ਵਿੱਚ ਕਦੋਂ ਆਇਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਦੋਂ ਕਬਜ਼ਾ ਕੀਤਾ ਇਹ ਸਾਰੀਆਂ ਚੀਜ਼ਾਂ ਮੋਸਟਲੀ ਇਨਕਲੂਡ ਹੋ ਗਈਆਂ ਨੇ ਸੋ ਵੀਡੀਓ ਤੁਸੀਂ ਪਲੀਜ਼ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਬਹੁਤ ਹੀ ਮਿਹਨਤ ਨਾਲ ਵੀਡੀਓ ਕ੍ਰੀਏਟ ਕਰਦਾ ਵਾਂ ਤੇ ਉਮੀਦ ਹੈ ਤੁਹਾਨੂੰ ਇਸ ਦੇ ਵਿੱਚੋਂ ਕੁਝ ਨਾ ਕੁਝ ਨਵੀਂ ਚੀਜ਼ ਜਿਹੜ